बहुत बढ़िया भाई भाई रूम लाइए बोले सो निहाल ना कोई नहीं सत श्री अकाल जी सारिआं नूं माणू की पहुंचे अज ते भाई साढ़े इकबाल बई जिमें कि आप आम ही बई होनी जेडे जिन्हें भी बुत बनाउंदे आ ते उन्हां दे विच रूह पाउंदे आ रूह पैंदी आ दिल नाल जदों तुसीं दिल तो कम करदे आ ना कोई भी कम है किसी भी तरह का कम है चाहे वह खेती है चाहे वह ट्रैक्टर का कम है जां कोई भी कम है जानी ਉਹ ਰੂਹ ਉਦੋਂ ਪੈਂਦੀ ਹੈ ਜਦੋਂ ਅਸੀਂ ਦਿਲ ਤੋਂ ਕੋਈ ਕੰਮ ਕਰਦੇ ਹਾਂ ਸੋ ਮੈਂ ਇਕਬਾਲ ਬਾਈ ਦਾ ਵੀਡੀਓ ਵੀ ਦੇਖਿਆ ਸੀ ਬਾਈ ਬਣਾ ਵੀ ਰਿਹਾ ਸੀ ਤੇ ਰੋ ਵੀ ਰਿਹਾ ਸੀ ਹਾਂਜੀ ਹੈਨਾ ਸਾਰੇ ਨੇ ਦੇਖਿਆ ਹੋਣਾ ਜਦੋਂ ਨਾ ਵਿਰਾਗ ਆਉਂਦਾ ਹੈ ਹਾਂ ਜਦੋਂ ਅੰਦਰੀਆਂ ਗੱਲਾਂ ਸੋਚ ਕੇ ਬਣਾਉਂਦੀ ਹਾਂਜੀ ਵੀ ਰੱਬ ਨੇ ਆਪਣੀ ਡਿਊਟੀ ਲਈ ਹੈ ਉਹਦੀ ਰੂਹ ਮਤਲਬ ਪਾਰੇ ਬੁੱਤ ਬਣਾਉਣੇ ਉਦੋਂ ਜਦੋਂ ਕਿੰਨਾ ਸੋਹਣਾ ਮੁੰਡਾ ਆਇਆ ਭੰਗੜੇ ਪਾਉਣੇ ਹਾਂ ਚੱਲਿਆ ਆਇਆ ਸਾਡੇ ਜੀਰਾ ਸਾਡਾ ਖੋਲ ਰਿਹਾ ਹੈ ਨਾ ਹਾਂ ਉਦੋਂ ਫਿਰ ਹੁਣ ਆਉਂਦੇ ਹੈ ਪਰ ਇਕਬਾਲ ਬਾਈ ਇੱਕ ਗੱਲ ਆ ਜੇ ਤੁਹਾਡੀ ਕਿਸੇ ਨਾਲ ਕੋਈ ਕੋਈ ਵੀ ਲਾਗ ਡਾਟ ਹੈ ਕਿਸੇ ਨੂੰ ਜਾਨੋ ਮਾਰ ਦੇਣਾ ਕੋਈ ਹੱਲ ਨਹੀਂ ਹੈ ਨਹੀਂ ਹੈਗਾ ਨਹੀਂ ਕੋਈ ਜੇ ਤੁਹਾਡੇ 'ਚ ਆਪਣੇ 'ਚ ਚਲੋ ਗੱਲ ਕਰਦੇ ਹਾਂ ਤੁਹਾਨੂੰ ਜਾਂਦੀ ਹੈ ਵੀ ਜੇ ਸਾਡੀ ਕਿਸੇ ਨਾਲ ਲੱਗਦੀ ਹੈ ਤਾਂ ਉਹਦੀ ਲੱਤ ਬਾਂਹ ਤੋੜ ਕਿਸੇ ਨੂੰ ਜਾਨ ਤੋਂ ਮਾਰ ਦੇਣਾ ਕੋਈ ਵਧੀਆ ਗੱਲ ਕੋਈ ਵਧੀਆ ਗੱਲ ਮੁੜ ਕੇ ਨਹੀਂ ਆਉਣਾ ਜਿਹੜਾ ਇਨਸਾਨੀਅਤ ਵਾਲੀ ਹੈ ਨਾ ਅਤੇ ਬਾਈ ਲਫ਼ਜ਼ ਨਹੀਂ ਹੈ ਕੋਈ ਸੋ ਬਾਈ ਨੇ ਬਣਾਇਆ ਬਾਈ ਦਾ ਬੁੱਤ ਬਣਾਇਆ ਅਤੇ ਬਾਈ ਸਾਡਾ ਦਿਲਾਂ 'ਚ ਸਿੱਧੂ ਸਾਰਿਆਂ ਦੁਨੀਆਂ 'ਤੇ ਹੀ ਵੱਸਦਾ ਅਤੇ ਵੱਸਦਾ ਹੀ ਰਹੂਗਾ ਕਿਉਂਕਿ ਇੱਕ ਇਹ ਇਨਸਾਨ ਸੀ ਕੋਈ ਰੱਬੀ ਰੂਹ ਸੀਗੀ ਜਿਹੜੀ ਸਾਡੇ 'ਚ ਆਈ ਅਤੇ ਸਦਾ ਦਿਲਾਂ 'ਚ ਵੱਸਦੀ ਰਹੂਗੀ ਆਉਣ ਵਾਲੀਆਂ ਵੀ ਪੁਸਤਾਂ ਯਾਦ ਰੱਖਣਗੀਆਂ ਬਾਈ ਨੂੰ ਹੈ ਨਾ ਅਤੇ ਮੈਂ ਬਾਈ ਨੇ ਇਹ ਗੱਲ ਕਹੀ ਹੈ ਵੀ ਮੂਸੇ ਪਿੰਡ ਹੈ ਨਾ ਲਾ ਕੇ ਆਉਣਾ ਬਾਈ ਦਾ ਜਿਹੜਾ ਨਿਸ਼ਾਨੀ ਹੈ ਬਾਈ ਦੀ ਅਤੇ ਬਾਈ ਨੇ ਜਮ੍ਹਾਂ ਡਿੱਟੋ ਬਣਾਈ ਆ ਅਤੇ ਅੱਜ ਮੈਂ ਜਾਣਾ ਵੀ ਹੈ ਮੂਸੇ ਅਤੇ ਫਾਦਰ ਸਾਹਿਬ ਨਾਲ ਉਹਨਾਂ ਦੀ ਗੱਲ ਵੀ ਕਰਕੇ ਆਊਂਗਾ ਹੈ ਨਾ ਅਤੇ ਆਪਾਂ ਉੱਥੇ ਵਧੀਆ ਇੱਜ਼ਤ ਨਾਲ ਸਨਮਾਨ ਨਾਲ ਲਿਜਾ ਕੇ ਹੈ ਆਪਾਂ ਪੂਰੇ ਸਨਮਾਨ ਨਾਲ ਲੈ ਕੇ ਜਾਵਾਂਗੇ ਜਿਵੇਂ ਬਾਈ ਪਰ ਮੈਂ ਇੱਕ ਗੱਲ ਹੋਰ ਚਾਹੁੰਦਾ ਬਾਈ ਹੈ ਨਾ ਮੈਂ ਇਹ ਬਣਾਤਾ ਹੈ ਨਾ ਵੀ ਜਿਵੇਂ ਤੁਸੀਂ ਫੋੜ ਵੀ ਤੁਸੀਂ ਬਣਾਇਆ ਸੀ ਹਾਂਜੀ ਫੋੜ ਹੈ ਨਾ ਫੋੜ ਵੀ ਤੁਸੀਂ ਬਣਾਇਆ ਸੀ ਹੈ ਨਾ ਅਤੇ ਆਪਾਂ ਰਲ ਮਿਲ ਕੇ ਸਾਰਾ ਕਰ ਲਾਂਗੇ ਮੈਂ ਚਾਹੁੰਦਾ ਵੀ ਨਾਟ ਕਹਿਣਾ ਵੀ ਤੁਸੀਂ ਤਿਆਰ ਬਹੁਤ ਧੰਨਵਾਦ ਬਹੁਤ ਧੰਨਵਾਦ
ਹਨਾ ਰੱਬ ਚੜ੍ਹਦੀ ਕਲਾ ਰੱਖੇ ਪਰ ਜਿਹੜਾ 69 ਗੈਰਾਂ ਤੇ ਕਿਉਂਕਿ ਸਾਨੂੰ ਵੀ ਪਤਾ ਬਈ ਥੋੜਾ ਖਰਚਾ ਨਹੀਂ ਆਉਣਾ ਇੱਥੇ ਹਨਾ ਨਹੀਂ ਚਲੋ ਖਰਚੇ ਮੇਰੀ ਸੋਚ ਹੋਰ ਸੀਗੀ ਭਾਈ ਹਾਂਜੀ ਮੇਰੇ ਦਿਮਾਗ 'ਚ ਮੈਂ ਸੋਚਿਆ ਸੀ ਮੈਂ ਸੋਚਦਾ ਸੀ ਉਹਦਾ ਆਪਦਾ ਰੀਜਨਲ ਟਰੈਕਟਰ ਇੱਕ ਆਪਣੇ ਘੜਾ ਦੋ ਮਿਊਜ਼ੀਅਮ ਦੇ ਨਹੀਂ ਉਹ ਤਾਂ ਚਲੋ ਉਹਨਾਂ ਦੀਆਂ ਨਿਸ਼ਾਨੀਆਂ ਬਈ ਜਿਹੜੀ ਵੀ ਉਹਦੀ ਚੀਜ਼ ਆ ਉਹ ਖੜੀ ਆ ਖੜੀ ਹੈ ਉਹ ਉੱਥੇ ਹੀ ਖੜੀ ਰਹੂਗੀ ਤੇ ਪਰ ਜਿੱਥੇ ਆਪਾਂ ਬਾਈ ਦਾ ਉੱਥੇ ਆਪਾਂ ਇੱਕ ਬਣਾਈਏ ਉੱਥੇ ਇੱਕ ਬਣਾ ਕੇ ਇਦਾਂ ਹੀ ਹਨਾ ਕਿ ਖੜਾ ਰਹੇ ਉੱਥੇ ਪੱਕਾ ਜਿਹੜੀਆਂ ਜੜੋ ਜਿਹੜੇ ਉਹਦੇ ਟਰੈਕਟਰ ਆ ਜੇ ਉਹਦੀਆਂ ਗੱਡੀਆਂ ਉਹ ਤਾਂ ਸਦਾ ਉੱਥੇ ਹੀ ਰਹਿਣਗੀਆਂ ਉੱਥੇ ਰਹਿਣਗੀਆਂ ਹਾਂ ਹਨਾ ਤੇ ਘਾਟ ਵੀ ਕਿਸੇ ਚੀਜ਼ ਦੀ ਨਹੀਂ ਛੱਡ ਕੇ ਗਿਆ ਗਿਆ ਵੀ ਕੋਈ ਪਿੱਛੇ ਪਰਿਵਾਰ ਨੂੰ ਜ਼ਰੂਰਤ ਹੋਵੇ ਵੀ ਜਾਣ ਨੂੰ ਸਾਰੀਆਂ ਚੀਜ਼ਾਂ ਉਹ ਉਵੇਂ ਹੀ ਰੱਖਣਗੇ ਕੱਲੀ ਕੱਲੀ ਉਹਨਾਂ ਦੇ ਬੱਚੇ ਦੀ ਨਿਸ਼ਾਨੀ ਆ ਦਿਲ ਨਾਲ ਲਾ ਕੇ ਰੱਖਣਗੇ ਸਾਰੀ ਦੁਨੀਆ ਹੀ ਦਿਲ ਨਾਲ ਲਾ ਕੇ ਰੱਖੂ ਪਰ ਜੇ ਤੁਸੀਂ ਇਹ ਤਿਆਰ ਕਰ ਲਓ ਜਿੰਨਾ ਖਰਚਾ ਆਊ ਹਨਾ ਮੈਂ ਜ਼ਿੰਮੇਵਾਰੀ ਚੱਕਦਾ ਬਈ ਆ ਸਾਰੇ ਆਪਾਂ ਲਾਈਵ ਹੋਏ ਹੋਏ ਆ ਸਾਰੇ ਦੇਖ ਰਹੇ ਹੋ ਹਨਾ ਚਾਹੇ ਮੈਂ ਆਪਦੇ ਦੋਸਤਾਂ ਮਿੱਤਰਾਂ ਤੋਂ ਚਾਹੇ ਮੈਂ ਆਪ ਕਰਾਂ ਵੀ ਤੁਸੀਂ ਇੱਕ ਨਾਟ ਗੈਰਾਂ ਦੀ ਜ਼ਰੂਰ ਬਾਈ ਤੁਹਾਡੀ ਗੱਲ ਸਿਰ ਮੱਥੇ ਆ ਜੀ ਬਿਲਕੁਲ ਜ਼ਰੂਰ ਕਰਾਂਗੇ ਹਨਾ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਈ ਹਾਂਜੀ ਆਪਾਂ ਨੂੰ ਰੱਬ ਨੇ ਕਲਾ ਦਿੱਤੀ ਆਪਾਂ ਸਹੀ ਪਾਸੇ ਲਾਵਾਂਗੇ ਇਹਨੂੰ ਤੇ ਬਾਈ ਜੀ ਮੈਂ ਵੀ ਬਹੁਤ ਧੰਨਵਾਦ ਕਰਦਾ ਬਾਈ ਮਿੰਟੂ ਦਾ ਬਾਈ ਸੀ ਅਲਵਾਰ ਦਾ ਜਿਨ੍ਹਾਂ ਨੂੰ ਦਰਸ਼ਨ ਦਿੱਤੇ ਸਰਪੰਚ ਸਾਹਿਬ ਵੀ ਆਏ ਆਪਣੇ ਨਾਮ ਕੇ ਪਿੰਡ ਦੇ ਜੀ 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 ਆ ਜਾਈ ਤੇ ਬਾਈ ਮੈਂ ਪਹਿਲੇ ਦਿਨ ਜਿੱਦਣ ਸਟੈਚੂ ਦਾ ਚਿਹਰਾ ਬਣਾਇਆ ਸੀਗਾ ਤੇ ਮੈਂ ਉਸ ਦਿਨ ਹੀ ਸੋਚ ਲਿਆ ਸੀ ਵੀ ਜਿਹੜਾ ਮੇਰੇ ਕੋਲ ਬਹੁਤ ਆ ਕਹਿੰਦੇ ਸਾਨੂੰ ਦਿਖਾ ਦਿਓ ਦਿਖਾ ਦਿਓ ਮੈਂ ਇੱਕ ਵੀ ਫੋਟੋ ਨੈੱਟ 'ਤੇ ਲੀਕ ਨਹੀਂ ਕੀਤੀ ਇਕੱਲੇ ਚਿਹਰੇ ਤੋਂ ਬਿਨਾਂ ਅਤੇ ਮੈਂ ਕਿਹਾ ਵੀ ਮਿੰਟੂ ਬਾਈ ਆਊਗਾ ਅਤੇ ਇਹਨਾਂ ਨੇ ਕਿਉਂਕਿ ਇਹਨਾਂ ਦੀ ਵੀ ਬਹੁਤ ਵੱਡੀ ਕਲਾ ਕਿੰਨੀ ਦੁਨੀਆ ਇਹਨਾਂ ਨਾਲ ਜੁੜੀ ਹੋਈ ਹੈ ਦੁਨੀਆ ਨੂੰ ਜਿਹੜਾ ਐਂਟਰਟੇਨਮੈਂਟ ਕਰਨਾ ਜਾਂ ਦੁਨੀਆ ਨੂੰ ਖੁਸ਼ ਰੱਖਣਾ ਇੱਕ ਬਹੁਤ ਵੱਡਾ ਪਰਉਪਕਾਰ ਵੀ ਕਹਿ ਸਕਦੇ ਹਾਂ ਔਰ ਇਹਦੇ ਵਿੱਚ ਇੱਕ ਮੈਡੀਟੇਸ਼ਨ ਵੀ ਕਹਿ ਸਕਦੇ ਹਾਂ ਦੇਖੋ ਆਪਾਂ ਕੋਈ ਬੰਦਾ ਬਿਮਾਰ ਹੈ ਡਾਕਟਰ ਨੂੰ ਇੱਕ ਗੱਲ ਕਹਿੰਦਾ ਖੁਸ਼ ਰਿਹਾ ਕਰ ਯਾਰ ਸਾਰਾ ਕੁਛ ਹੀ ਵਿੱਚ ਆਜੂ ਤੇਰਾ ਸ਼ੂਗਰ ਵੀ ਘੱਟ ਜੂ ਤੇ ਆਹ ਬਿਮਾਰੀ ਵੀ ਸੈੱਟ ਨਹੀਂ ਗੱਲ ਸਹੀ ਹੈ ਉਹਨੇ ਕਹਿਣਾ ਤੇਰਾ ਆਹ ਵੀ ਹੋਜੂ ਆ ਤੂੰ ਖੁਸ਼ ਰਿਹਾ ਕਰ ਅਤੇ ਖੁਸ਼ ਰੱਖਦੇ ਬਾਈ ਸਾਹਿਬ ਇਹ ਸਾਡੇ ਬਾਈ ਸਦਾ ਸਾਨੂੰ ਆਹੀ ਖੁਸ਼ ਰੱਖਣ ਮਹਾਰਾਜ ਪਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ ਮੈਂ ਖੁਦ ਇਹਨਾਂ ਦਾ ਫੈਨ ਹਾਂ ਜੀ ਇਹਨਾਂ ਦੀ ਕਲਾ ਦਾ ਫੈਨ ਆ ਅਸੀਂ ਤੁਹਾਡੇ ਫੈਨ ਆ ਜੀ ਜਿਹੜਾ ਤੁਸੀਂ ਹਨਾ ਮੈਂ ਕਿਉਂਕਿ ਮੈਂ ਜਦੋਂ ਨਾ ਸਟੈਚੂ ਬਣਾਉਂਦਾ ਸੀ ਮੈਂ ਸਟੈਚੂ ਨੂੰ ਚੱਕ ਕੇ ਸਾਨੂੰ ਆਸੇ ਪਾਸੇ ਕਰਨਾ ਪੈਂਦਾ ਸੀ ਮੇਰੇ ਮੂੰਹ ਚੋਂ ਕੁਝ ਆ ਜੇ ਟਵੜਾ ਇੱਧਰ ਆ ਮੇਰੇ ਮੂੰਹ ਚੋਂ ਵੀ ਨਿਕਲ ਜਾਂਦਾ ਸੀ ਉਹ ਜੱਟਾ ਇੱਧਰ ਹੋਏ ਥੋੜਾ ਜਿਹਾ ਮੈਂ ਜਾਣੀ ਉਹਦੇ ਨਾਲ ਗੱਲਾਂ ਕੀਤੀਆਂ ਬਾਈ ਬਣਾਉਂਦੇ ਨੇ ਯਾਰ ਗੱਲ ਮੁਕਾ ਯਾਰ ਹੋਰ ਦੱਸੋ ਗੱਲਾਂ ਕੀਤੀਆਂ ਮੈਂ ਬਣਾਉਂਦੇ ਨੇ ਦਿਲੋਂ ਗੱਲਾਂ ਕੀਤੀਆਂ ਦਿਲੋਂ ਚਲੋ ਬਾਈ ਜੀ ਹੋਰ ਕੱਲ ਜੀ ਬਸ ਇਹੀ ਹੈ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਰੀ ਸੰਗਤ ਚਾਹ ਤੂੰ ਜਾਂਦਾ ਨਾ ਠੰਡਾ ਪੀ ਕੇ ਜਾ ਐ ਨਾ ਜਾ ਆਪਣਾ ਸਾਰੀ ਜਿਹੜੀ ਪ੍ਰੋਗਰਾਮ ਚੱਲਦਾ ਬਾਈ